ਦੇਸ਼ ਨੂੰ ਬੇहद ਵੱਡਾ ਘਾਟਾ ਪੈ ਗਿਆ ਇਹ ਮਸ਼ਹੂਰ ਖਿਡਾਰੀ ਜੋ ਕਿ ਇੱਕ ਬੋਲਰ ਸੀ ਭਾਰਤੀ ਕ੍ਰਿਕਟ ਦਾ ਉਸ ਦੀ ਮੌਤ ਹੋ ਗਈ ਹੈ ਜੀ ਹਾਂ ਆਪਣੇ ਘਰ ਦੀ ਚੌਥੀ ਮੰਜ਼ਲ ਤੇ ਖੜਾ ਸੀ ਅਚਾਨਕ ਇਹੇਠਾਂ ਡਿੱਗਿਆ ਤੇ ਉਸ ਦੀ ਮੌਤ ਹੋ ਗਈ ਦੇਸ਼ ਨੂੰ ਬਹੁਤ ਵੱਡਾ ਘਾਟਾ ਹੋਇਆ ਇਸ ਵੇਲੇ ਦੀ ਵੱਡੀ ਖਬਰ ਹੈ ਬੀਸੀਸੀਆਈ ਭਾਰਤੀ ਕ੍ਰਿਕਟ ਦੇ ਨਾਲ ਜੁੜੀ ਹੋਈ ਬੀਸੀਸੀਆਈ ਚੇਅਰਮੈਨ ਦੇ ਵੱਲੋਂ ਇਹ ਟਵੀਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੂਰਬ ਖਿਡਾਰੀ ਨਹੀਂ ਰਹੇ ਜੋ ਕਿ ਇੱਕ ਬੋਲਰ ਸਨ ਅਤੇ 150 ਦੀ ਸਪੀਡ ਤੋਂ ਵੱਧ ਤੇ ਬੋਲਿੰਗ ਕਰਦੇ ਸੀ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਤੇਜ਼ ਬਾਲ ਕਰਨ ਵਾਲੇ ਭਾਰਤੀ ਜਿਹੜੇ ਕਿ ਗੇਂਦਬਾਜ਼ ਬਣੇ ਸਨ ਇਨ ਦਾ ਨਾਮ ਡੇਵਿਡ ਜੌਨਸਨ ਦੱਸਿਆ ਜਾ ਰਿਹਾ ਹੈ ਜੋ ਕਿ ਡੇਵਿਡ ਜੌਨਸਨ ਜੋ ਕਿ ਇਸ ਵੇਲੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਜਾਂ ক্রিকেট ਦੇ ਜੋ ਬਾਲੇ ਸ਼ਕੀਰ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਡੇਵਿਡ ਜੌਨਸਨ ਦਾ ਨਾਮ ਸੁਣ ਕੇ ਵੱਡੇ ਵੱਡਿਆਂ ਦੀ ਰੂਹ ਕੰਮ ਜਾਂਦੀ ਸੀ ਵੱਡੇ ਵੱਡੇ ਬੱਲੇਬਾਜ਼ ਬੱਲੇ ਛੱਡ ਦਿੰਦੇ ਸੀ ਕਿਉਂਕਿ 158 155 ਇਸ ਸਪੀਡ ਦੇ ਨਾਲੇ ਬੋਲਿੰਗ ਕਰਦੇ ਸੀ ਤੇ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਬੀਸੀਸੀਆਈ ਨੂੰ ਵੱਡਾ ਘਾਟਾ ਪੈ ਗਿਆ ਹੈ ਕਿਉਂਕਿ ਤੁਹਾਨੂੰ ਦੱਸਿਏ ਇਹ ਕਮੈਂਟਰੀ ਵੀ ਕਰਦੇ ਸੀ ਇੱਕ ਕ੍ਰਿਕਟ ਐਕਸਪਰਟ ਵੀ ਸੀ ਆਪਦੀ ਇਹਨਾਂ ਨੇ ਅਕੈਡਮੀ ਖੋਲੀ ਹੋਈ ਸੀ ਜਿੱਥੇ ਸੈਂਕੜੇ ਬੱਚੇ ਟ੍ਰੇਨਿੰਗ ਲੈਂਦੇ ਸੀ ਤੇ ਹੁਣ ਇਹਨਾਂ ਦੀ ਮੌਤ ਹੋ ਗਈ ਹੈ ਤਾਂ ਡੇਵਿਡ ਜੌਨਸਨ ਜੋ ਕਿ ਭਾਰਤੀ ਟੀਮ ਦੇ ਐਕਸ ਕ੍ਰਿਕਟਰ ਸੀ ਉਹਨਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ 20 ਜੂਨ ਹੈ ਯਾਨੀ ਕਿ ਅੱਜ ਦੇ ਦਿਨ ਸਵੇਰ ਵੇਲੇ ਉਹ ਆਪਣੀ ਬਾਲਕਨੀ ਦੇ ਵਿੱਚ ਖੜੇ ਹੋਏ ਸੀ ਤਾਂ ਅਚਾਨਕ ਹੀਠਾ ਡਿੱਗ ਜਾਂਦੇ ਨੇ ਹਾਲਾਂਕਿ ਕਿਵੇਂ ਡਿੱਗੇ ਇਹ ਹੁਣ ਤੱਕ ਸਾਹਮਣੇ ਨਹੀਂ ਆਇਆ ਤੁਹਾਨੂੰ ਦੱਸ ਦਈਏ ਕਿ ਡੇਵਿਡ ਜੌਨਸਨ ਦਾ ਜਨਮ 16 ਅਕਤੂਬਰ 1971 ਦੇ ਵਿੱਚ ਕਰਨਾਟਕ ਵਿਖੇ ਹੋਇਆ ਸੀ ਜਿੱਥੇ ਜਿਸ ਤੋਂ ਬਾਅਦ ਉਹਨਾਂ ਨੂੰ ਕ੍ਰਿਕਟ ਦਾ ਸ਼ੌਂਕ ਪਿਆ ਤੇ 1990 ਦੇ ਵਿੱਚ ਉਹਨਾਂ ਨੇ ਭਾਰਤੀ ਕ੍ਰਿਕਟ ਜੁਆਇਨ ਕੀਤੀ ਅੰਤਰਰਾਸ਼ਟਰੀ ਮੁਕਾਬਲੇ ਖੇਡੇ 150 ਤੋਂ ਪਲੱਸ ਵਿਕਟਾਂ ਇਹਨਾਂ ਦੇ ਨਾਮ ਨੇ ਜੀ ਹਾਂ 150 ਪਲੱਸ ਵਿਕਟਾਂ ਡੇਵਿਡ ਜੌਨਸਨ ਦੇ ਨਾਮ ਨੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਕਰਦੀ ਬਾਲਕਨੀ 'ਚ ਖੜੇ ਸੀ ੇਠਾਂ ਡਿੱਗ ਪਏ ਤੇ ਉਹਨਾਂ ਦੀ ਮੌਤ ਹੋ ਗਈ ਤਾਂ ਦੇਸ਼ ਨੂੰ ਬੇहद ਵੱਡਾ ਘਾਟਾ ਪੈ ਗਿਆ ਇਹ ਮਸ਼ਹੂਰ ਖਿਡਾਰੀ ਜੋ ਕਿ ਇੱਕ ਬੋਲਰ ਸੀ ਭਾਰਤੀ ਕ੍ਰਿਕਟ ਦਾ ਉਸ ਦੀ ਮੌਤ ਹੋ ਗਈ ਹੈ ਜੀ ਹਾਂ ਆਪਣੇ ਘਰ ਦੀ ਚੌਥੀ ਮੰਜ਼ਲ ਤੇ ਖੜਾ ਸੀ ਅਚਾਨਕ ਇਹੇਠਾਂ ਡਿੱਗਿਆ ਤੇ ਉਸ ਦੀ ਮੌਤ ਹੋ ਗਈ। ਦੇਸ਼ ਨੂੰ ਬਹੁਤ ਵੱਡਾ ਘਾਟਾ ਹੋਇਆ ਇਸ ਵੇਲੇ ਦੀ ਵੱਡੀ ਖਬਰ ਹੈ। BCCI ਭਾਰਤੀ ਕ੍ਰਿਕਟ ਦੇ ਨਾਲ ਜੁੜੀ ਹੋਈ BCCI ਚੇਅਰਮੈਨ ਦੇ ਵੱਲੋਂ ਇਹ ਟਵੀਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੁਰਵ ਖਿਡਾਰੀ ਨਹੀਂ ਰਹੇ ਜੋ ਕਿ ਇੱਕ ਬੋਲਰ ਸਨ। ਅਤੇ 150 ਦੀ ਸਪੀਡ ਤੋਂ ਵੱਧ ਤੇ ਬੋਲਿੰਗ ਕਰਦੇ ਸੀ ਪੁਰਾਣੇ ਸਮੇਂ ਦੇ ਵਿੱਚ ਸਭ ਤੋਂ ਤੇਜ਼ ਬਾਲ ਕਰਨ ਵਾਲੇ ਭਾਰਤੀ ਜਿਹੜੇ ਕਿ ਗੇਂਦਬਾਜ਼ ਬਣੇ ਸਨ ਇਨ ਦਾ ਨਾਮ ਡੇਵਿਡ ਜੌਨਸਨ ਦੱਸਿਆ ਜਾ ਰਿਹਾ ਹੈ ਜੋ ਕਿ ਡੇਵਿਡ ਜੌਨਸਨ ਜੋ ਕਿ ਇਸ ਵੇਲੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਜਾਂ ক্রিকেট ਦੇ ਜੋ ਬਾਲੇ ਸ਼ਕੀਨ ਨੇ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਡੇਵਿਡ ਜੌਨਸਨ ਦਾ ਨਾਮ ਸੁਣ ਕੇ ਵੱਡੇ-ਵੱਡਿਆਂ ਦੀ ਰੂਹ ਕੰਮ ਜਾਂਦੀ ਸੀ ਵੱਡੇ-ਵੱਡੇ ਬੱਲੇਬਾਜ਼ ਬੱਲੇ ਛੱਡ ਦਿੰਦੇ ਸੀ ਕਿਉਂਕਿ 158 155 ਇਸ ਸਪੀਡ ਦੇ ਨਾਲ ਇਹ ਬੋਲਿੰਗ ਕਰਦੇ ਸੀ ਤੇ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਬੀਸੀਸੀਆਈ ਨੂੰ ਵੱਡਾ ਘਾਟਾ ਪੈ ਗਿਆ ਹੈ ਕਿਉਂਕਿ ਤੁਹਾਨੂੰ ਦੱਸਿਏ ਇਹ ਕਮੈਂਟਰੀ ਵੀ ਕਰਦੇ ਸੀ ਇੱਕ ਕ੍ਰਿਕਟ ਐਕਸਪਰਟ ਵੀ ਸੀ ਆਪਦੀ ਇਹਨਾਂ ਨੇ ਅਕੈਡਮੀ ਖੋਲੀ ਹੋਈ ਸੀ ਜਿੱਥੇ ਸੈਂਕੜੇ ਬੱਚੇ ਟ੍ਰੇਨਿੰਗ ਲੈਂਦੇ ਸੀ ਤੇ ਹੁਣ ਇਹਨਾਂ ਦੀ ਮੌਤ ਹੋ ਗਈ ਆ ਤਾਂ ਡੇਵਿਡ ਜੌਨਸਨ ਜੋ ਕਿ ਭਾਰਤੀ ਟੀਮ ਦੇ ਐਕਸ ਕ੍ਰਿਕਟਰ ਸੀ ਉਹਨਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ 20 ਜੂਨ ਹੈ ਯਾਨੀ ਕਿ ਅੱਜ ਦੇ ਦਿਨ ਸਵੇਰ ਵੇਲੇ ਉਹ ਆਪਣੀ ਬਾਲਕਨੀ ਦੇ ਵਿੱਚ ਖੜੇ ਹੋਏ ਸੀ ਤਾਂ ਅਚਾਨਕ ਹੀਠਾ ਡਿੱਗ ਜਾਂਦੇ ਨੇ ਹਾਲਾਂਕਿ ਕਿਵੇਂ ਡਿੱਗੇ ਇਹ ਹੁਣ ਤੱਕ ਸਾਹਮਣੇ ਨਹੀਂ ਆਇਆ ਤੁਹਾਨੂੰ ਦੱਸ ਦਈਏ ਕਿ ਡੇਵਿਡ ਜੌਨਸਨ ਦਾ ਜਨਮ 16 ਅਕਤੂਬਰ 1971 ਦੇ ਵਿੱਚ ਕਰਨਾਟਕ ਵਿਖੇ ਹੋਇਆ ਸੀ ਜਿੱਥੇ ਜਿਸ ਤੋਂ ਬਾਅਦ ਉਹਨਾਂ ਨੂੰ ਕ੍ਰਿਕਟ ਦਾ ਸ਼ੌਂਕ ਪਿਆ ਤੇ 1990 ਦੇ ਵਿੱਚ ਉਹਨਾਂ ਨੇ ਭਾਰਤੀ ਕ੍ਰਿਕਟ ਜੁਆਇਨ ਕੀਤੀ ਅੰਤਰਰਾਸ਼ਟਰੀ ਮੁਕਾਬਲੇ ਖੇਡੇ 150 ਤੋਂ ਪਲੱਸ ਵਿਕਟਾਂ ਇਹਨਾਂ ਦੇ ਨਾਮ ਨੇ ਜੀ ਹਾਂ 150 ਪਲੱਸ ਵਿਕਟਾਂ ਡੇਵਿਡ ਜੌਨਸਨ ਦੇ ਨਾਮ ਨੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਕਰਦੀ ਬਾਲਕਨੀ ਚ ਖੜੇ ਸੀ ੇਠਾਂ ਡਿੱਗ ਪਏ ਤੇ ਉਹਨਾਂ ਦੀ ਮੌਤ ਹੋ ਗਈ